ਤਾਂ ਚਲੋ ਠੀਕ ਹੈ ਵੀ ਕੁਐਸਚਨ ਦੇ ਵਿੱਚ ਕੀ ਬੋਲਿਆ ਗਿਆ ਕਿੰਨੀ ਵਸਤੂਆਂ ਦਾ ਖਰੀਦ ਮੁੱਲ ਜਿਹੜਾ ਹੈ 25 ਵਸਤੂਆਂ ਦੇ ਵੇਚ ਮੁੱਲ ਦੇ ਬਰਾਬਰ ਹੈ ਲਾਭ ਪ੍ਰਤੀਸ਼ਤ ਪਤਾ ਕਰੋ ਤਾਂ ਪਿਛਲੇ ਕੁਐਸਚਨ ਦੇ ਵਿੱਚ ਆਪਾਂ ਦੇਖ ਹੀ ਚੁੱਕਿਆ ਕਿ ਜਦੋਂ ਰੇਟ ਬਰਾਬਰ ਹੁੰਦੇ ਆ ਤਾਂ ਆਨਸਰ ਕੀ ਬਣਦਾ ਹੈ ਆਨਸਰ ਕਿਵੇਂ ਪਤਾ ਲੱਗਦਾ ਹੈ ਕਿ ਡਿਫਰੈਂਸ ਬਟਾ ਸੇਲਿੰਗ ਥਿੰਗਸ ਔਰ ਗੁਣਾ 100 ਕਰ ਦਿੰਦੇ ਆ ਤਾਂ ਰੇਟ ਉਹਨਾਂ ਬਰਾਬਰ ਬੋਲਿਆ ਵੀ ਪਹਿਲੇ ਕਾਸਟ ਪ੍ਰਾਈਸ ਔਰ ਸੇਲ ਪ੍ਰਾਈਸ ਆਪਸ ਦੇ ਵਿੱਚ ਕੀ ਹੈ ਬਰਾਬਰ ਹੈ ਆਪਾਂ 100 ਮੰਨ ਕੇ ਚੱਲਦੇ ਆ ਵੀ 100 ਰੁਪਏ ਰੇਟ ਹੈ ਔਰ ਸੇ ਕਾਸਟ ਪ੍ਰਾਈਸ ਦਾ ਔਰ 100 ਰੁਪਏ ਜਿਹੜਾ ਸੇਲ ਪ੍ਰਾਈਸ ਦਾ ਤਾਂ 30 ਵਸਤੂਆਂ ਦਾ ਖਰੀਦ ਮੁੱਲ ਤਾਂ ਵਸਤੂਆਂ 100 ਦੇ ਵਿੱਚ ਕਿੰਨੀਆਂ ਖਰੀਦੀਆਂ ਜਾ ਰਹੀਆਂ 30 ਵਸਤੂਆਂ ਖਰੀਦੀਆਂ ਜਾ ਰਹੀਆਂ ਫਿਰ ਅੱਗੇ ਕੀ ਕਹਿੰਦਾ ਵੇਚੀਆਂ ਵਸਤੂਆਂ 25 ਵਸਤੂਆਂ ਦੇ ਵੇਚ ਮੁੱਲ ਦੇ ਮਤਲਬ ਕਿ ਵਸਤੂਆਂ 25 ਜਿਹੜੀਆਂ ਵੇਚ ਦਿੱਤੀਆਂ ਤਾਂ ਪੂਰੇ ਸੌਦੇ ਦੇ ਵਿੱਚ ਕੀ ਹੋਏਗਾ ਲਾਭ ਹੋਏਗਾ ਜਾਂ ਹਾਨੀ ਹੋਏਗਾ ਤਾਂ ਕਿਵੇਂ ਪਤਾ ਲੱਗੇਗਾ 100 ਦੇ ਵਿੱਚੋਂ 30 ਖਰੀਦ ਕੇ ਲੈ ਕੇ ਆ ਰਿਹਾ 25 ਸੇਲ ਕਰ ਰਿਹਾ ਤਾਂ 5 ਵਸਤੂਆਂ ਹਜੇ ਵੀ ਬਚ ਰਹੀਆਂ ਨਾ ਤਾਂ ਜਿਹੜੀਆਂ ਵਸਤੂਆਂ 5 ਬਚ ਗਈਆਂ ਉਹ ਹੀ ਇਹਦਾ ਕੀ ਹੈ ਪ੍ਰੋਫਿਟ ਹੈ ਤਾਂ ਪ੍ਰੋਫਿਟ ਪ੍ਰਤੀਸ਼ਤ ਕੀ ਆਏਗਾ ਪ੍ਰੋਫਿਟ ਪ੍ਰਤੀਸ਼ਤ ਜਿਹੜਾ ਡਿਫਰੈਂਸ ਕਿੰਨੇ ਦਾ 5 ਬਟਾ ਸੇਲਿੰਗ ਥਿੰਗਸ ਵੇਚੀਆਂ ਗਈਆਂ ਵਸਤੂਆਂ ਕਿੰਨੀਆਂ 25 ਔਰ ਮਲਟੀਪਲਾਈ ਦੇ ਵਿੱਚ 100 ਹੈ ਤਾਂ 25 ਚੌਕਾ 100 4 5 20 ਤਾਂ ਆਪਣਾ ਜਿਹੜਾ ਆਨਸਰ ਹੈ ਉਹ ਕਿੰਨਾ ਬਣ ਚੁੱਕਿਆ 20% ਤਾਂ ਇਸ ਕੁਐਸਚਨ ਦਾ ਜਿਹੜਾ ਸਹੀ ਆਨਸਰ ਹੈ ਉਹ ਕੀ ਬਣ ਜਾਏਗਾ 20% ਦਾ ਕੀ ਹੋ ਜਾਏਗਾ ਪ੍ਰੋਫਿਟ ਹੋ ਜਾਏਗਾ ਲਾਭ ਹੋ ਜਾਏਗਾ ਚਲੋ ਠੀਕ ਹੋ ਗਿਆ ਉਸ ਤਾਂ ਆਪਾਂ ਦੇਖੋ ਇਹ ਸਵਾਲ ਤੁਸੀਂ ਬੜੇ ਵਧੀਆ ਤਰੀਕੇ ਨਾਲ ਸਮਝ ਲਏ ਮੈਂ ਤੁਹਾਨੂੰ ਕਿਉਂ ਪਿਛਲੀ ਵਾਰ ਛਡਵਾਇਆ ਸੀਗਾ ਨਹੀਂ ਕਰਵਾਇਆ ਸੀ ਆ ਚੱਲ ਰਹੀ ਹੈ ਚਲੋ ਠੀਕ ਹੈ ਵੀ ਨੈਕਸਟ ਕੁਐਸਚਨ ਵੱਲ ਮੂਵ ਕਰਦੇ ਹਾਂ ਤਾਂ ਇੱਕ ਕੁਐਸਚਨ ਦੇ ਵਿੱਚ ਕੀ ਲਿਖਿਆ ਹੈ ਕਿ 20 ਵਸਤੂਆਂ ਦਾ ਖਰੀਦ ਮੁੱਲ ਐਮ ਵਸਤੂਆਂ ਦੇ ਵੇਚ ਮੁੱਲ ਦੇ ਬਰਾਬਰ ਹੈ ਜੇਕਰ ਇਸ ਸੌਦੇ ਦੇ ਵਿੱਚ 25% ਦਾ ਲਾਭ ਹੁੰਦਾ ਹੋਏ ਤਾਂ ਐਮ ਦਾ ਮਾਣ ਪਤਾ ਕਰੋ ਵੀ ਤਾਂ ਹੁਣ ਦੇਖੋ ਨੇ ਆਪਾਂ ਨੂੰ ਰੇਟ ਬਰਾਬਰ ਦੇ ਦਿੱਤਾ ਔਰ ਨਾਲ ਦੀ ਨਾਲ ਪ੍ਰੋਫਿਟ ਦੇ ਦਿੱਤਾ ਤਾਂ ਬਸ 25 ਜਿਹੜੀਆਂ ਖਰੀਦੀਆਂ ਗਈਆਂ ਵਸਤੂਆਂ ਨੂੰ ਤਾਂ 20 ਦੇ ਦਿੱਤੀਆਂ ਲੇਕਿਨ ਕਹਿੰਦਾ ਕਿ ਜਿਹੜੀਆਂ ਵਿੱਚ ਐਮ ਵਸਤੂਆਂ ਦੇ ਵੇਚ ਮੁੱਲ ਮਤਲਬ ਕਿ ਕੁਝ ਵਸਤੂਆਂ ਵੇਚੀਆਂ ਆਪਾਂ ਨੂੰ ਇਹ ਨਹੀਂ ਪਤਾ ਵੀ ਕਿੰਨੀਆਂ ਵਸਤੂਆਂ ਵੇਚੀਆਂ ਗਈਆਂ ਤਾਂ ਬਸ ਉਹੀ ਪਤਾ ਕਰਨਾ ਹੈ ਕਿਵੇਂ ਪਤਾ ਕਰਾਂਗਾ ਦੇਖ ਲਓ ਇੱਕ ਸਾਈਡ ਤੇ ਆਪਾਂ ਕੀ ਰੱਖਦੇ ਹਾਂ ਥਿੰਗਸ ਵੀ ਇੱਕ ਸਾਈਡ ਤੇ ਵਸਤੂਆਂ ਔਰ ਦੂਸਰੀ ਸਾਈਡ ਤੇ ਕੀ ਕਹਿੰਦੇ ਆ ਰੇਟ ਤਾਂ ਰੇਟ ਤਾਂ ਉਹਨੇ ਕੀ ਬੋਲਿਆ ਵੀ ਰੇਟ ਕੀ ਹੈ ਵੇਚ ਮੁੱਲ ਜਿਹੜਾ ਉਹ ਬਰਾਬਰ ਹੈ ਜੇਕਰ ਰੇਟ ਬਰਾਬਰ ਹੈ ਤਾਂ ਆਪਾਂ ਇਹ ਹੀ ਮੰਨ ਲੈਣੇ ਕਿ ਕਾਸਟ ਪ੍ਰਾਈਸ ਜਿੰਨਾ ਉਹਨੇ ਸੇਲ ਪ੍ਰਾਈਸ ਹੈ 100 ਰੁਪਏ ਕਾਸਟ ਪ੍ਰਾਈਸ ਹੈ ਔਰ 100 ਰੁਪਏ ਕੀ ਹੈ ਸੇਲ ਪ੍ਰਾਈਸ ਹੈ ਫਿਰ ਕਹਿੰਦਾ ਕਿ ਵਸਤੂਆਂ ਖਰੀਦ ਕੇ 20 ਵਸਤੂਆਂ ਖਰੀਦ ਕੇ ਮਤਲਬ ਕਿ ਖਰੀਦੀਆਂ ਗਈਆਂ ਜਿਹੜੀਆਂ ਵਸਤੂਆਂ ਹੈ ਉਹ ਕਿੰਨੀ ਹੈ 20 ਹੈ ਔਰ ਵੇਚੀਆਂ ਗਈਆਂ ਕਹਿੰਦਾ ਐਮ ਹੈ ਆਪਾਂ ਨੂੰ ਨਹੀਂ ਪਤਾ ਵੀ ਐਮ ਕਿੰਨਾ ਹੈ ਪਰ ਇਸ ਐਮ ਦੀ ਤਾਂ ਕੀਮਤ ਪਤਾ ਕਰਨੀ ਹੈ ਉਹਨੇ ਕੀ ਬੋਲਿਆ ਕੀ ਹੈ ਕਿ ਪੂਰੇ ਸੌਦੇ ਦੇ ਵਿੱਚ ਜਿਹੜਾ ਪ੍ਰੋਫਿਟ ਹੋ ਰਿਹਾ ਉਹ ਕਿੰਨੇ ਪ੍ਰਤੀਸ਼ਤ ਦਾ ਹੋ ਰਿਹਾ ਵੀ 25% ਦਾ ਪ੍ਰੋਫਿਟ ਹੈ ਤਾਂ ਬਸ ਇਹੀ ਪ੍ਰੋਫਿਟ ਦਾ ਹੀ ਸਾਰਾ ਰੌਲਾ ਕਿਵੇਂ ਦੇਖ ਲੈਣੇ ਆ ਕਿ ਪ੍ਰੋਫਿਟ ਪ੍ਰਤੀਸ਼ਤ ਜਿਹੜਾ ਹੈ ਉਹ 25% ਹੈ ਵੀ ਤਾਂ 25% ਦੀ ਜਿਹੜੀ ਫ੍ਰੈਕਸ਼ਨ ਵੈਲਿਊ ਕੀ ਹੋਏਗੀ 25 ਔਰ ਪ੍ਰਤੀਸ਼ਤ ਦਾ ਮਤਲਬ 1/100 ਔਰ 25 1 25 4 100 ਤਾਂ ਆਪਣਾ ਕਿੰਨਾ ਬਣਿਆ 1/4 ਮਤਲਬ ਕਿ ਇਹ ਜਿਹੜਾ ਪ੍ਰੋਫਿਟ ਹੈ ਇਹ ਕੋਈ ਪੈਸਿਆਂ ਦੇ ਵਿੱਚ ਨਹੀਂ ਹੋ ਰਿਹਾ ਪ੍ਰੋਫਿਟ ਕੀ ਹੋ ਰਿਹਾ ਵਸਤੂਆਂ ਦੇ ਵਿੱਚੋਂ ਹੀ ਉਹਨੇ ਪ੍ਰੋਫਿਟ ਹੈ ਐਨੇ ਵਸਤੂਆਂ ਦੇ ਵੇਚ ਮੁੱਲ ਦੇ ਬਰਾਬਰ ਤਾਂ ਕੀ ਹੈ ਚਲੋ ਦੇਖਦੇ ਹਾਂ ਆਪਾਂ ਜਦੋਂ ਪ੍ਰੋਫਿਟ ਹੋ ਰਿਹਾ ਤਾਂ ਪਲੱਸ ਹੋ ਰਿਹਾ ਨਾ ਤਾਂ ਮਤਲਬ ਕਿ 1 ਤਾਂ 4 ਹੋਏਗਾ ਔਰ ਦੂਸਰਾ ਕੀ ਹੋ ਜਾਏਗਾ 4 ਦੇ ਵਿੱਚ 1 ਜੋੜ ਦਿਆਂਗੇ 5 ਹੋ ਜਾਏਗਾ ਹੁਣ ਦੇਖੋ ਆਪਾਂ ਕੀ ਹੈ ਇਹ ਜਿਹੜੀ ਰੇਸ਼ੋ ਆਈ ਹੈ 4 ਔਰ 5 ਰੇਸ਼ੋ ਆਈ ਹੈ ਇਹ ਆਪਾਂ ਇਧਰ ਮੰਨਦੇ ਹਾਂ ਕਿ ਮੰਨਣੀ ਪਏਗੀ ਕਿ ਖਰੀਦੀਆਂ ਗਈਆਂ ਵਸਤੂਆਂ ਦੀ ਰੇਸ਼ੋ ਕੀ ਹੈ ਵੇਚੀਆਂ ਗਈਆਂ ਵਸਤੂਆਂ ਦੀ ਰੇਸ਼ੋ ਕੀ ਹੈ ਉਹ ਕਿਹਦੇ ਤੋਂ ਪਤਾ ਲੱਗੇਗਾ ਆਪਾਂ ਨੂੰ ਪ੍ਰੋਫਿਟ ਤੋਂ ਹੁਣ ਦੇਖੋ ਜੇ ਤਾਂ ਆਪਾਂ ਮਾਰਕੀਟ ਦੇ ਵਿੱਚੋਂ 5 ਵਸਤੂਆਂ ਖਰੀਦ ਕੇ ਲੈ ਕੇ ਆਵਾਂਗੇ ਕਿ ਕਿਸੇ ਰੇਟ ਦੇ ਵਿੱਚ 100 ਰੁਪਏ ਦੇ ਵਿੱਚ ਸਪੋਜ਼ ਦੈਟ ਔਰ 4 ਵਸਤੂਆਂ ਵੇਚ ਦਿਆਂਗੇ ਤਾਂ ਆਪਾਂ ਨੂੰ ਕੀ ਲਾਭ ਹੋ ਜਾਏਗਾ ਨਾ ਜੇਕਰ 4 ਖਰੀਦ ਕੇ ਲੈ ਕੇ ਆਵਾਂਗੇ ਮਾਰਕੀਟ ਦੇ ਵਿੱਚੋਂ 4 ਪੈਨ ਖਰੀਦ ਕੇ ਲੈ ਕੇ 100 ਰੁਪਏ ਦੇ ਔਰ ਆਪਾਂ ਵੇਚ ਕਿੰਨੇ ਰਹੇ ਆ 5 ਪੈਨ 100 ਦੇ ਵਿੱਚ ਵੇਚ ਰਹੇ ਤਾਂ 1 ਪੈਨ ਐਕਸਟਰਾ ਵੇਚ ਰਹੇ ਆ ਮਤਲਬ ਕਿ ਨੁਕਸਾਨ ਹੋ ਰਿਹਾ ਜੇ ਆਪਾਂ 5 ਖਰੀਦ ਕੇ ਲੈ ਕੇ ਆਵਾਂਗੇ 100 ਦੇ ਵਿੱਚ ਤਾਂ 100 ਰੁਪਏ ਦੇ ਵਿੱਚ 4 ਵੇਚ ਦਿੱਤੇ ਜਾਣਗੇ 1 ਬਚ ਜਾਏਗਾ ਤਾਂ ਉਹੀ 1 ਆਪਣਾ ਕੀ ਹੈ ਪ੍ਰੋਫਿਟ ਹੈ ਤਾਂ ਇਹ ਤੋਂ ਕੀ ਮਤਲਬ ਨਿਕਲਿਆ ਕਿ ਉਹਨੇ 5:1 ਵਸਤੂਆਂ ਕੀਆਂ ਖਰੀਦੀਆਂ ਹੋਣਗੀਆਂ ਵੀ ਖਰੀਦੀਆਂ ਗਈਆਂ ਵਸਤੂਆਂ ਦੀ ਜਿਹੜੀ ਰੇਸ਼ੋ ਹੈ ਉਹ ਕਿੰਨੀ ਹੈ 5 ਹੈ ਔਰ ਵੇਚੀਆਂ ਗਈਆਂ ਵਸਤੂਆਂ ਦੀ ਜਿਹੜੀ ਰੇਸ਼ੋ ਹੈ ਉਹ ਕਿੰਨੀ ਹੈ 4 ਹੈ ਵੀ ਉਹ ਕਿਵੇਂ ਪਤਾ ਲੱਗਿਆ ਇਹ 5 ਤੇ 4 ਕਿਵੇਂ ਆਪਾਂ ਨੂੰ ਪਤਾ ਲੱਗਦਾ ਹੈ ਪ੍ਰੋਫਿਟ ਤੋਂ ਪਤਾ ਲੱਗਦਾ ਹੈ ਜਿੰਨਾ ਪ੍ਰੋਫਿਟ ਹੈ ਠੀਕ ਹੈ ਪ੍ਰੋਫਿਟ 25% ਹੈ ਤਾਂ ਆਪਣੀ ਖਰੀਦੀਆਂ ਗਈਆਂ ਵਸਤੂਆਂ 5 ਹੈ ਔਰ ਜੇਕਰ ਇਹ ਪ੍ਰੋਫਿਟ ਦੀ ਜਗ੍ਹਾ ਤੇ ਲਾਸ ਹੋ ਜਾਂਦਾ ਵੀ ਮੰਨ ਕੇ ਚੱਲੋ ਲਾਸ ਹੋ ਜਾਂਦਾ 25% ਦਾ ਨੁਕਸਾਨ ਹੋ ਜਾਂਦਾ ਤਾਂ 25% ਮਤਲਬ ਕਿ 1/4 ਹੈ ਤਾਂ ਫਿਰ ਕੀ ਹੋ ਜਾਣਾ ਸੀ 4 ਤੇ 3 ਤਾਂ ਮਤਲਬ ਕਿ ਆਪਾਂ ਕਿੰਨੀਆਂ ਖਰੀਦ ਕੇ ਲੈ ਕੇ ਆਏ ਸੀਗੇ 3 ਤਾਂ ਜਦੋਂ ਪ੍ਰੋਫਿਟ ਹੋ ਰਿਹਾ ਹੋਵੇ ਉਸ ਟਾਈਮ ਤੇ ਪਲੱਸ ਕਰਕੇ 2 ਰੇਸ਼ੋ ਫਾਈਂਡ ਕਰਨੀ ਹੈ ਔਰ ਜੇਕਰ ਮਾਈਨਸ ਹੋ ਰਿਹਾ ਹੋਵੇ ਤਾਂ
माइनस करके दो रेशियो फाइंड करनी है और अपन नु देखो प्रॉफिट जे हो रहा था अपन नु ज्यादा वस्तुआं खरीदी हो गई ता हुण देख लो ओ की बोल रहा है कि 5 रेशियो दी कीमत किन्नी है 20 है 4 रेशियो दी कीमत किन्नी होएगी चेक कर लेने जो कुछ ने पता करना वो ऊपर रख लो भी चार बारे पता करना है चार ऊपर रखा जाएगा ओदे नाल वाला जेड़ा ओ की है 5 आ जाएगा और इनटू दे विच की बन जाएगा 20 आ जाएगा भी ता देखो 5 चौका 20 4 चौके 16 ता अपना आंसर की है एम दी कीमत किन्नी बन गई 16 की मतलब निकलया कि 100 रुपए दे विचों 20 वस्तुआं खरीद के लेके आया और 100 रुपए दे विचों 16 बेच रहा तो उन चार वस्तुआं बच गई तो वो जेड़ा उन्हें किया प्रॉफिट हो गया 25% इस क्वेश्चन दे विच जेड़ा एम दा आंसर है वो किन्ना है भी 16 वस्तुआं तो अपना आंसर की आ गया 16 थिंग्स चलो ठीक है ता बिल्कुल सेम क्वेश्चन या लास्ट वाले क्वेश्चन दा पर डाटा ही थोड़ा जा चेंज किया है कि 40 वस्तुओं दा खरीद मूल्य ए वस्तुओं दे बेच मूल्य दे बराबर है ता जेकर इस सौदे दे विच 25% दा लाभ हुंदा है ता ए दा मान पता करो वही दोबारा फिर आ गया कि अपने कोल एक ता थिंग्स हुंदी है एक साइड ते और दूसरी साइड ते की हो जाएगा रेट हो जाएगा ता रेट दा भी बराबर है ता सीपी और एसपी और दोनों आपस दे विच की है बराबर है 100 रुपए मान के चलते हैं आप हमेशा 100 ही मान के चलना है भी ता की कहता है कि 40 वस्तुओं का खरीद मूल्य तक खरीदिया गया वस्तुआं जी कि है 40 है पर देखो जो तो प्रॉफिट हो रहा है तो खरीदिया गया वस्तुओं की रेशियो भी तो अपन पता होनी चाहिए है तो कर लेने पता कि पता लगेगा प्रॉफिट तो 25% का की हो रहा है प्रॉफिट हो रहा है और 25% मतलब कि 1/4 25% क्या होता है चौथा हिस्सा 100 दा 1/4 तक की है 4 प्लस हो रहा है 1/4 और दूसरा की है 5 है तो जेकर अपन प्रॉफिट हो रहा है तो अपन वस्तुआं जी खरीदिया गई उन्होंने रेशो 4 की बजाय 5 होगी भी तो की रेशो हो जाएगी भी 5 रेशो की कीमत किन्नी है 40 है अपन की चाहिए 4 रेशो की कीमत चाहिए है तो 4 रेशो देखो ए कहता ए वस्तुआं खरीदिया तो 5 बराबर किन्ने हैं 40 दे 4 बराबर किन्ने दे हो जाएगा चेक कर लेना जिहड़ी चीज पता करनी है वह उपर रखनी है 4 उपर रखा जाएगा नीचे 5 आ जाएगा और 40 फिर उपर आ जाएगा और 5 8 40 8 चौका 32 और 32 ठीक है तो एक ही आ गया 32 जेकर उसने 25% प्रॉफिट कमाया होगा तो वह 100 रुपए के 40 वस्तु खरीद के लैके आया होगा और 100 रुपए के सेल जीतियां हो 32 वस्तुआं ठीक है 32 वस्तुआं तो अपने ए की जी कीमत है ए का मान जोड़ा वो कि आ चुका है भी 32 इस क्वेश्चन का जो आंसर सगा वह 32 सगा क्लीयर हो गया हेलो हाँ जी चलो ठीक है भी तो ये क्वेश्चन हम थोड़ा जहा चेंज है पहले वाले दिनों की चेंज किया गया भी संतरिया की कीमत 20% की कमी आ जाने 10 रुपए 5 संतरे अधिक मिलते हैं एक संतरे की पुरानी कीमत पता करो चलो भी ठीक है करने की कोशिश करते हैं आप तो पहला देखो पहली लाइन दे विचों ने की बोलिया संतरिया की कीमत 20% कमी आ जाने नाल तो देखो जेकर 20% कमी आ रही है तो वो अपन किवें पता लगेगा देखो 10 रुपए दे विच 5 संतरे ज्यादा मिलते हैं मतलब कि वह 10 रुपए के कोई संतरे खरीद रहा है ठीक है ना तो वो किन्ने मिल गए जिन्हें पहला मिलते थे वो नो 5 संतरे ज्यादा मिल रहा है तो आप चेक करते हैं कि 10 रुपए का 20% कि पहला तो ये देख लेंगे 10 रुपए का की हो गया 10 रुपए का सब तो पहले आप 20% चेक करा कि 10 रुपए का 20% कि 20% यानी कि 1/5 हिस्सा तो 10 और 20% 1/5 हूँ तो मतलब कि 2 रुपए है ना ये 2 रुपए कमी आई है संतरिया के रेट के जी 2 रुपए की कमी आई है और इस 2 रुपए के किन्ने संतरे ज़्यादा मिल रहे हैं भी 2 रुपए के कमी आने की वजह से जो पहले जिन्हें संतरे मिलते से तो मिलते ही है लेकिन 5 संतरे ज़्यादा मिल रहे हैं मतलब कि 2 रुपए के 2 रुपए के टोटल किन्ने संतरे मिल रहे हैं 2 रुपए के जो संतरे मिल रहे हैं ना वो किन्ने मिल रहे हैं 5 संतरे मतलब कि 2 रुपए किन्ने होंगे 200 पैसे तो 200 पैसे जी कीमत है किन्ने 5 संतरिया की वो किन्ने संतरे मिल रहे 200 पैसे के 5 संतरे एक संतरा फिर किन्ने का होगा जोड़ा एक संतरा होएगा ना वो 200/5 यानी कि 40 पैसे तो एक संतरा जोड़ा है वो 40 पैसे का आ रहा है ये नवी कीमत है कदों की जो कमी आ जा आ जा रही है तो जेकर कमी आ रही है तो किन्नी कीमत है भी एक मिनट रुको
ठीक है ता 10 रुपए ਦਾ ਕਹਿੰਦਾ 2% ਸਭ ਤੋਂ 20% ਸਭ ਤੋਂ ਪਹਿਲਾਂ ਪਤਾ ਕਰਨਾ ਤਾਂ 10 ਰੁਪਏ ਦਾ 20% ਜਿਹੜਾ 2 ਰੁਪਏ ਤਾਂ 2 ਰੁਪਏ ਦੇ ਵਿੱਚ ਕੀ ਹੋ ਰਿਹਾ 2 ਰੁਪਏ ਦੇ ਵਿੱਚ 5 ਸੰਤਰੇ ਜ਼ਿਆਦਾ ਆ ਰਿਹਾ ਤਾਂ ਮਤਲਬ ਕਿ 200 ਪੈਸੇ ਦੇ ਵਿੱਚ 5 ਸੰਤਰੇ ਔਰ 1 ਸੰਤਰਾ ਜਿਹੜਾ ਉਹ 40 ਪੈਸੇ ਦਾ ਇਹ ਨਵਾਂ ਰੇਟ ਹੈ ਇਹ ਨਵੀਂ ਕੀਮਤ ਹੈ ਵੀ ਤਾਂ ਨਵੀਂ ਜਿਹੜੀ ਕੀਮਤ ਹੈ ਨਵੀਂ ਕੀਮਤ ਆਪਣੀ ਕਿਹੜੀ ਹੈ ਉਹ ਕਿੰਨੀ ਹੈ 40 ਪੈਸੇ ਕਦੋਂ ਦੀ ਜਦੋਂ ਕਿ 20% ਦੀ ਕਮੀ ਆਈ ਹੈ ਤਾਂ ਕਰਕੇ ਆਪਾਂ ਨੂੰ ਦੇਖੋ ਹੁਣ 20% ਦੀ ਜੇਕਰ ਕਮੀ ਆਈ ਹੈ ਤਾਂ ਇਹ ਜਿਹੜੀ ਕੀਮਤ ਹੈ ਇਹ 100% ਕੀਮਤ ਨਹੀਂ ਹੈ ਇਹ ਇਹ ਲੈਸ ਕਰਕੇ ਨਾ 20% ਕਮੀ ਆ ਰਹੀ ਹੈ ਤਾਂ ਇਹ ਜਿਹੜੀ ਨਵੀਂ ਕੀਮਤ ਹੈ ਇਹ 80% ਦੀ ਕੀਮਤ ਹੈ 80% ਦੀ ਜਿਹੜੀ ਕੀਮਤ ਹੈ ਉਹ 40 ਪੈਸੇ ਹੈ ਲੇਕਿਨ ਆਪਾਂ ਨੂੰ ਕੀ ਚਾਹੀਦੀ ਹੈ ਪੁਰਾਣੀ ਕੀਮਤ ਤਾਂ ਪੁਰਾਣੀ ਕੀਮਤ ਆਪਣੇ ਆਪ ਦੇ ਵਿੱਚ 100% ਹੋਇਆ ਕਰੇਗੀ ਤਾਂ ਉਸ 100% ਦੀ ਆਪਾਂ ਕੀਮਤ ਪਤਾ ਕਰਨੀ ਹੈ ਤਾਂ 80% 40 ਦੇ ਬਰਾਬਰ ਹੈ 100% ਕਿੰਨੇ ਦੇ ਬਰਾਬਰ ਹੈ ਜੋ ਚੀਜ਼ ਪਤਾ ਕਰਨੀ ਹੈ ਉੱਪਰ ਉਹਦੇ ਨਾਲ ਵਾਲੀ ਜਿਹੜੀ ਹੈ ਉਹ ਨੀਚੇ ਔਰ ਇੰਟੂ ਦੇ ਵਿੱਚ 40 ਤਾਂ 40 1 40 ਦੁਨਾ 80 ਔਰ 2 50 ਤਾਂ ਆਪਣਾ ਜਿਹੜਾ ਕੀ ਬਣ ਗਿਆ 50 ਪੈਸੇ ਇਸ ਕੁਐਸਚਨ ਦਾ ਜਿਹੜਾ ਸਹੀ ਆਨਸਰ ਹੈ ਉਹ ਕਿੰਨਾ ਬਣਿਆ ਵੀ 50 ਪੈਸੇ ਤਾਂ ਸੰਤਰੇ ਦੀ ਜਿਹੜੀ ਪੁਰਾਣੀ ਕੀਮਤ ਹੈ 1 ਸੰਤਰੇ ਦੀ ਪੁਰਾਣੀ ਕੀਮਤ ਕਿੰਨੀ ਹੈ 50 ਪੈਸੇ ਚਲੋ ਠੀਕ ਹੈ ਐਵੇਂ ਚੱਲ ਤਾਂ ਤਾਂ ਕੀ ਬੋਲ ਰਿਹਾ ਵੀ ਸੇਬਾਂ ਦੀ ਕੀਮਤ ਦੇ ਵਿੱਚ 25% ਦੀ ਕਮੀ ਆ ਜਾਣ ਨਾਲ 9 ਰੁਪਏ ਵਿੱਚ 5 ਸੇਬਾਂ ਦੀ ਕੀਮਤ ਮਿਲਦੇ ਹਨ ਤਾਂ 1 ਸੇਬ ਦੀ ਪੁਰਾਣੀ ਕੀਮਤ ਦੱਸੋ ਤਾਂ ਸੇਮ ਹੀ ਕੁਐਸਚਨ ਹੈ ਕੀ ਹੈ ਕਿ 9 ਰੁਪਏ ਦੇ ਵਿੱਚ 5 ਸੇਬ ਮਤਲਬ ਕਿ 25% ਦੀ ਜਿਹੜੀ ਕਮੀ ਆ ਰਹੀ ਹੈ 9 ਰੁਪਏ ਦੇ ਉੱਪਰ ਆ ਰਹੀ ਹੈ ਤਾਂ 9 ਰੁਪਏ ਦਾ 25% ਕਰੋ ਵੀ 9 ਰੁਪਏ ਦਾ 25% ਤਾਂ ਯਾਨੀ ਕਿ 9 ਗੁਣਾ 25 ਬਟਾ 100 ਤਾਂ 1 ਬਟਾ 4 ਤਾਂ ਮੈਂ ਜਦੋਂ ਕਰੋਗੇ ਤਾਂ ਕਿੰਨਾ ਬਣ ਜਾਏਗਾ 2.25 ਯਾਨੀ ਕਿ 2.25 2 ਰੁਪਏ 25 ਪੈਸੇ ਠੀਕ ਹੈ ਤਾਂ ਡਿਵਾਈਡ ਕਰਨਾ 9 ਨੂੰ 4 ਦੇ ਨਾਲ ਤਾਂ ਕਿੰਨਾ ਬਣ ਜਾਏਗਾ 2.25 ਤਾਂ ਮਤਲਬ ਕਿ 225 ਪੈਸੇ 225 ਪੈਸੇ ਦੇ ਵਿੱਚ ਕਿੰਨੇ ਸੇਬ ਐਕਸਟਰਾ ਮਿਲ ਰਿਹਾ 5 ਸੇਬ ਐਕਸਟਰਾ ਮਿਲ ਰਿਹਾ ਤਾਂ 5 ਸੇਬ ਦੀ ਜਿਹੜੀ ਕੀਮਤ ਹੈ 5 ਸੇਬਾਂ ਦੀ ਜਿਹੜੀ ਕੀਮਤ ਹੈ ਉਹ 225 ਰੁਪਏ ਹੈ ਤਾਂ 1 ਸੇਬ ਜਿਹੜਾ 1 ਸੇਬ ਕਿੰਨੇ ਦੇ ਬਰਾਬਰ ਹੋ ਜਾਏਗਾ ਚੈੱਕ ਕਰ ਲੈਣਾ ਆਪਾਂ ਤਾਂ ਇਹ 225 ਬਟਾ 5 5 ਚੌਕਾ 20 ਔਰ 5 5 25 ਦਾ 1 ਜਿਹੜਾ ਸੇਬ ਹੈ ਇਹ ਵਾਲਾ ਆਪਣਾ ਜਿਹੜਾ ਹੈ 45 ਪੈਸੇ ਦਾ ਵੀ ਤੇ 45 ਪੈਸੇ ਦਾ ਕਦੋਂ ਹੈ ਜਦੋਂ ਕਮੀ ਆ ਰਹੀ ਹੈ 25% 9 ਰੁਪਏ ਦੇ ਉੱਪਰ ਤਾਂ ਇਹ ਨਵੀਂ ਕੀਮਤ ਹੈ ਵੀ ਇਹ ਕਿਹੜੀ ਹੈ ਨਵੀਂ ਕੀਮਤ ਤਾਂ ਨਵੀਂ ਜਿਹੜੀ ਕੀਮਤ ਹੈ ਉਹ 45 ਪੈਸੇ ਹੈ ਤਾਂ ਨਵੀਂ ਕੀਮਤ ਕਦੋਂ ਦੀ ਹੈ 25% ਦੀ ਕਮੀ ਆ ਤੋਂ ਬਾਅਦ ਦੀ ਹੈ ਤਾਂ ਫਿਰ ਮਤਲਬ ਕਿ 75% ਦੀ ਕੀਮਤ ਹੈ 75% ਦੀ ਜਿਹੜੀ ਕੀਮਤ ਹੈ ਉਹ 45 ਪੈਸੇ ਹੈ ਆਪਾਂ ਨੂੰ ਕੀ ਚਾਹੀਦਾ ਪੁਰਾਣੀ ਕੀਮਤ ਤਾਂ ਪੁਰਾਣੀ ਕੀਮਤ ਹਮੇਸ਼ਾ ਹੀ ਵੀ 100% ਹੋਏਗੀ ਤਾਂ 100% ਦੀ ਕੀਮਤ ਪਤਾ ਕਰਨੀ ਹੈ ਤਾਂ ਜੋ ਕੁਝ ਪਤਾ ਕਰਨਾ ਉੱਪਰ ਰੱਖ ਲਓ ਵੀ 100 ਪਰ ਉਹਦੇ ਨੀਚੇ ਜਿਹੜਾ ਉਹਦੇ ਨਾਲ ਵਾਲਾ 75 ਪਰ ਇੰਟੂ ਦੇ ਵਿੱਚ ਕਿੰਨਾ 45 ਤਾਂ 25 ਚੌਕਾ 100 25 3 75 1 3 ਔਰ 15 3 45 15 ਚੌਕੇ 60 ਤਾਂ ਇਹ ਕੀ ਬਣ ਗਿਆ 60 ਪੈਸੇ ਤਾਂ ਮਤਲਬ ਕਿ ਉਸਦਾ ਜਿਹੜਾ ਓਲਡ ਰੇਟ ਹੈ ਪੁਰਾਣਾ ਰੇਟ ਹੈ ਪੁਰਾਣੀ ਕੀਮਤ ਹੈ ਉਹ ਕਿੰਨੀ ਬਣ ਜਾਏਗੀ 60 ਪੈਸੇ ਤਾਂ ਆਪਣਾ ਆਨਸਰ ਕੀ ਹੈ 60 ਪੈਸੇ ਆ ਜਾਏਗਾ ਤਾਂ ਕੀ ਹੈ ਇੱਕ ਸੇਬ ਦੀ ਪੁਰਾਣੀ ਜਿਹੜੀ ਕੀਮਤ ਹੈ ਉਹ ਕਿੰਨੀ ਆ ਗਈ 60 ਪੈਸੇ ਚਲੋ